तो कांग्रेस पार्टी वालों एक अहम फैसला लिया गया। कांग्रेस पार्टी वालों संदीप जाखड़ जिहड़े सुनील जाखड़ के भतीजे ने उन्हां नूं जिहड़ा बर्खास्त किया गया, सस्पेंड किया गया। सो गलबात करांगे उन्हां दे नाल कि की मसला है, क्यों एक जिहड़ी है चिट्ठी जारी हुंदी है, तमाम मसले बारे गलबात करांगे। साडे नाल फोन लाइन दे उत्ते सुनील जाखड़ दे जिहड़े भतीजे है संदीप जाखड़ जुड़ चुके हैं, जिन्हां नूं सस्पेंड किया गया है। संदीप जी, की है मामला? कारण सुनील जाखड़ी बने हैं जां कोई होर भी कारण बन सकदा है? नहीं दिग्विजय जी, देखो कारण तो उन्हें जो भी है सारे ने सामने है। मेरा पहले दिन तो स्टैंड क्लियर सी जदों दा जाखड़ साहब ने पार्टी छड़ी सी भी मैं उन्हें नाल हैगा। कोई किंतु परंतु नहीं सी, बिल्कुल मतलब क्लियर सी मेरे मन से। मैं जेड़ा कुछ पिछले एक साल से किता कुछ भी लुक छिपके कुछ नहीं किता, दूजे लीडर वांगू कोई कमरे दे विच छुप छुपाते तरीके नाल कुछ भी नहीं किता, जेड़ा कुछ किता खुल के किता सारे ने सामने किता। जाखड़ साहब गए ओदो ही छड़ चुके सी। मैं मेरा बिल्कुल क्लियर मेरा जेड़ा फोकस मेरा मेरी जेड़ी स्टेटमेंट भी सी जेड़ी मैं हर थां मैं आई गल कीती भी मैं उन्हां नूं अपना लीडर मानदा सुनील जी नूं। कोई नोट्स करके अपना पक्ष रखने लिए बुलाया जा सीधा ही तुहाडे खिलाफ? नहीं नहीं मतलब जदों मैं मन ही बना लिया मैं मतलब मैनूं तां प्रेस दे राही जदों आई चिट्ठी जी मैनूं तां प्रेस दे साथियां ने तुसीं दस्सिया वी आ कुछ हो गया ठीक है कोई प्रॉब्लम नहीं उन्होंने कुछ सोच समझ के किया होना तो मैं तो हैरान हाँ भी फिर सस्पेंड ही क्यों किया जब उन्होंने गल तो सुननी नहीं है तो एक्सपेल ही कर दो करके नक्की करो। ਜਦੋਂ 2022 ਦੀਆਂ ਚੋਣਾਂ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਬਣਿੰਗ ਜਿਹੜੇ ਨੇ ਉਹ ਪ੍ਰਧਾਨ ਬਣਦੇ ਆ ਉਦੋਂ ਤੋਂ ਬਾਅਦ ਹੀ ਤੁਹਾਡੀ ਕਿਤੇ ਨਾ ਕਿਤੇ ਜਿਹੜੀ ਦਾਲ ਉਹ ਨਹੀਂ ਗਲ ਰਹੀ ਸੀ, ਇਹ ਹੈਗਾ ਵੱਡਾ ਸਵਾਲ ਕਿਉਂਕਿ ਉਹਨਾਂ ਦੀ ਜਾਖੜ ਸਾਹਿਬ ਨਾਲ ਨਹੀਂ ਬਣਦੀ? ਨਹੀਂ 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 ਜੀ, ਦੇਖੋ ਮੈਂ ਕਿਸੇ ਨਾਲ ਮੇਰਾ ਕੋਈ ਉਹ ਨਹੀਂ ਹੈ, ਮੇਰਾ ਮੈਂ ਮੇਰਾ ਲੀਡਰ ਮੇਰੇ ਲੀਡਰ ਸੁਨੀਲ ਜੀ ਹੈ, ਬਾਕੀ ਮੈਂ ਹੋਰ ਕਿਸੇ ਦੀ ਮੈਂ ਕੋਈ ਜ਼ਿਆਦਾ ਪਰਵਾਹ ਨਹੀਂ ਕਰਦਾ, ਹੀ ਇਜ਼ ਮਾਈ ਲੀਡਰ। ਰਾਜਾ ਬੜਿੰਗ ਕਹਿ ਰਹੇ ਸੀਗੇ ਕਿ ਸੰਦੀਪ ਜਾਖੜ ਜਿਹੜਾ ਉੱਥੋਂ ਅਸਤੀਫਾ ਦੇਵੇ ਫਿਰ ਪਤਾ ਲੱਗ ਜੂ ਕਿਹਦੇ ਚ ਕਿੰਨਾ ਦਮ ਹੈ, ਕੌਣ ਜਿੱਤਦਾ ਕੌਣ ਹਾਰਦਾ ਜਦੋਂ ਉੱਥੇ ਜਿਮਨੀ ਚੋਣ ਹੋਊਗੀ। ਦੇਖੋ ਜੀ ਇਹ ਜਿਹੜੀ ਬਚਪਨੇ ਵਾਲੀ ਗੱਲਾਂ ਹੈ ਇਸ ਕਰਕੇ ਤਾਂ ਪਾਰਟੀ ਦੇ ਵਿੱਚ ਖਿਲਾਰਾ ਪੈ ਰੱਖਿਆ ਤੇ ਹੁਣ ਇਹ ਜੀ ਗੱਲਾਂ ਦਾ ਮੈਂ ਜਵਾਬ ਨਹੀਂ ਦੇਣਾ ਚਾਹੁੰਦਾ, ਮੈਂ ਆਪਣਾ ਕੰਮ ਕਰ ਰਿਹਾ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ, ਜਦੋਂ ਵਕਤ ਆਊਗਾ ਲੋਕਾਂ ਨੇ ਫੇਰ ਫੈਸਲਾ ਕਰਨਾ ਵੀ ਜ਼ਿੰਮੇਵਾਰੀ ਸਹੀ ਨਿਭਾਈ ਆ ਨਹੀਂ ਨਿਭਾਈ। ਹੁਣ ਫਿਰ ਚਾਚਾ ਜੀ ਉਂਗਲ ਫੜ ਕੇ ਭਾਜਪਾ ਜਾ ਰਹੇ ਹੋ? ਮੈਂ ਆਪਣਾ ਜੀ ਕੰਮ ਕਰ ਰਿਹਾ ਜਿਹੜੀ ਅਬੋਹਰ ਦੇ ਲੋਕਾਂ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਮੈਂ ਨਿਭਾ ਰਿਹਾ ਜੀ। ਐਂਡ ਪਹਿਲੇ ਦਿਨ ਤੋਂ ਜਿਵੇਂ ਮੈਂ ਕਿਹਾ ਮੈਂ ਸੁਨੀਲ ਜੀ ਨੂੰ ਆਪਣਾ ਲੀਡਰ ਮੰਨਿਆ, ਉਹਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਹੈ। ਜਦੋਂ ਟਾਈਮ ਵਕਤ ਆਊਗਾ ਉਸ ਟਾਈਮ ਫਿਰ ਵੱਡੀ ਦੇਖੋ ਵੱਡੀ ਜ਼ਿੰਮੇਵਾਰੀ ਤੇ ਨੇ ਭਾਜਪਾ ਦੇ ਪ੍ਰਧਾਨ ਨੇ, ਫਿਰ ਤਾਂ ਨਾਲ ਚੱਲੋਗੇ ਨਾ? ਮੇਰਾ ਮਤਲਬ ਹੈ ਵੀ ਭਾਜਪਾ ਤੋਂ ਸ਼ਾਮਿਲ ਹੋ ਹੀ ਰਹੇ ਹੋ, ਕਦੋਂ ਹੋ ਰਹੇ ਹੋ, ਗੱਲ ਇਹ ਹੈ। ਨਹੀਂ ਮੈਂ ਹੁਣੇ ਕਿੱਥੇ ਹੀ ਕੋਈ ਸ਼ਾਮਿਲ ਨਹੀਂ ਹੋ ਰਿਹਾ ਜੀ, ਮੈਂ ਮੇਰਾ ਕੰਮ ਕਰ ਰਿਹਾ ਲੋਕਾਂ ਦੀ ਗੱਲ ਆਊਗਾ ਕੋਈ ਫੈਸਲਾ ਲੈਣ ਦਾ ਉਸ ਟਾਈਮ ਫੈਸਲਾ ਕਰਾਂਗਾ। ਤੇ ਹੁਣ ਅਗਲਾ ਭਵਿੱਖ ਦੇ ਵਿੱਚ ਕੀ ਰਹਿਣ ਵਾਲਾ, ਕੀ ਸੋਚਦੇ ਹੋ ਜਦੋਂ ਤੁਹਾਨੂੰ ਸਸਪੈਂਡ ਹੋਣ ਤੋਂ ਬਾਅਦ ਸੁਨੀਲ ਜਾਖੜ ਹੋਰਾਂ ਦੇ ਨਾਲ ਗੱਲ ਹੋਈ ਤੁਹਾਡੀ? ਨਹੀਂ ਅੱਜ ਮੇਰੀ ਕੋਈ ਗੱਲ ਹੋਈ ਨਹੀਂ ਸੁਨੀਲ ਜੀ ਨਾਲ, ਸ਼ਾਮ ਨੂੰ ਕੋਈ ਗੱਲ ਕਰਾਂਗਾ। ਅੱਛਾ ਹਲੇ ਗੱਲ ਹੋਈ ਨਹੀਂ? ਹਾਂਜੀ ਠੀਕ ਹੈ ਜੀ। ਨਹੀਂ ਕਿਉਂਕਿ ਹੁਣ ਜਦੋਂ ਦਾ ਉਹ ਲੈਟਰ ਆਇਆ ਤੁਹਾਡੇ ਪ੍ਰੈਸ ਵਾਲੇ ਸਾਥੀਆਂ ਨੇ ਨਹੀਂ ਛੱਡਿਆ ਤੇ ਮਤਲਬ ਸ਼ਾਮ ਨੂੰ ਫ੍ਰੀ ਹੋ ਕੇ ਗੱਲ ਕਰਾਂਗੇ। ਮਤਲਬ ਹਲੇ ਕਿਸੇ ਨਾਲ ਵੀ ਗੱਲ ਨਹੀਂ ਹੋਈ ਤੁਹਾਡੀ? ਨਹੀਂ ਹੁਣੇ ਕਿਸੇ ਨਾਲ ਮੇਰੀ ਗੱਲ ਨਹੀਂ, ਸਿਰਫ ਪ੍ਰੈਸ ਨਾਲ ਹੀ ਗੱਲ ਚੱਲ ਰਹੀ ਹੈ। ਅੱਛਾ ਜਦੋਂ ਪੜ੍ਹ ਕੇ ਪਹਿਲੀ ਵਾਰ ਮਨ ਚ ਕੀ ਲੱਗਿਆ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਇਹ ਐਵੇਂ ਹੋਇਆ, ਫਿਰ ਮਨ ਦੇ ਵਿੱਚ ਕੀ ਆਇਆ ਸਭ ਤੋਂ ਪਹਿਲਾਂ? ਨਹੀਂ ਮਨ ਚ ਤਾਂ ਕੀ ਆਣਾ ਸੀ ਜੀ, ਉਹ ਤਾਂ ਮੈਨੂੰ ਪਤਾ ਹੀ ਸੀਗਾ, ਮੈਂ ਤਾਂ ਉਹੀ ਕਹਿ ਰਿਹਾ ਵੀ ਇੰਨੀ ਦੇਰੀ ਕਿਉਂ ਕਰਤੀ ਉਹਨਾਂ ਨੇ। ਲੇਕਿਨ ਯੈਸ ਇੱਕ ਪੁਆਇੰਟ ਦੇ ਉੱਤੇ ਮੈਨੂੰ ਜ਼ਰੂਰ ਕਿਸੇ ਦੀ ਸ਼ਰਾਰਤ ਲੱਗੀ, ਉਹ ਜਿਹੜੀ ਝੰਡੇ ਵਾਲੀ ਗੱਲ ਸੀਗੀ ਉਹ ਕਿਸੇ ਨੇ ਮਤਲਬ ਕਾਂਗਰਸ ਦੀ ਜਿਹੜੀ ਅੰਦਰੂਨੀ ਜਿਹੜਾ ਕਲੇਸ਼ ਚੱਲ ਰਿਹਾ ਉਹ ਕੋਈ ਮਤਲਬ ਉਸ ਦਾ ਮੈਨੂੰ ਲੱਗਿਆ ਵੀ ਉਹ ਜਿਹੜੀ ਲਾਈਨ ਦੀ ਵਿੱਚ ਪਾਤੀ, ਕਿਉਂਕਿ ਉਹ ਤਾਂ ਹੋਰ ਕਿੱਥੇ ਵੀ ਲਾਗੂ ਹੁੰਦੀ ਹੈ। ਅੱਛਾ ਇੱਕ ਇਹ ਵੀ ਸੀਗਾ ਵੀ ਤੁਸੀਂ ਉਹਨਾਂ ਨਾਲ ਕਿਤੇ ਭਾਜਪਾ ਦੀ ਰੈਲੀ ਦੇ ਵਿੱਚ ਗਏ ਹੋ,
ਉਹੀ ਨਹੀਂ ਨਹੀਂ ਉਹ ਤਾਂ ਦੇਖੋ ਨਹੀਂ ਨਹੀਂ ਉਹ ਲਾਈਨ ਨਹੀਂ ਜੀ ਝੰਡੇ ਵਾਲੀ ਜਿਹੜਾ ਚੰਡੀਗੜ੍ਹ 'ਚ ਹੈਗਾ, ਉਹ ਤਾਂ ਹੈ ਜੀ ਭਾਜਪਾ ਦੀ ਰੈਲੀ ਵਾਲਾ ਮੈਂ ਸਵਾਲ ਪੁੱਛ ਰਿਹਾ ਵੀ ਗਏ ਹੋ ਕਿਤੇ? ਨਹੀਂ ਨਹੀਂ ਉਹ ਤਾਂ ਮੈਂ ਜਿਹੜੀ ਜੀ ਜਿੱਥੇ ਜਿਹੜਾ ਕੁਛ ਕੀਤਾ ਹੈ ਪਬਲਿਕ ਡੋਮੇਨ 'ਚ ਹੈ ਜੀ, ਤੁਸੀਂ ਆਨਲਾਈਨ ਸਾਡਾ ਵੇਖ ਲਓ ਜੋ ਕੁਛ ਕੀਤਾ ਖੁੱਲ ਕੇ ਕੀਤਾ, ਕੋਈ ਲੁਕ ਛਿਪ ਕੇ ਕੁਛ ਨਹੀਂ ਕੀਤਾ। ਹੁਣ ਹੁਣ ਜਿਹੜੇ ਕਾਂਗਰਸ ਪਾਰਟੀ ਨੇ ਤੁਹਾਨੂੰ ਕੱਢਿਆ ਉਹਨਾਂ ਬਾਰੇ ਕੀ ਕਹੋਗੇ? ਨਹੀਂ ਕੁਛ ਨਹੀਂ ਕਹਿਣਾ ਚਾਹੁੰਦਾ ਜੀ, ਕੀ ਕਹਿਣਾ ਰਾਜਾ ਬੜਿੰਗੂਰਾਂ ਬਾਰੇ? ਰਾਜਾ ਬੜਿੰਗੂਰਾਂ ਬਾਰੇ ਮੈਂ ਇਹ ਮਤਲਬ ਲੋਕਾਂ ਨੇ ਜ਼ਿੰਮੇਦਾਰੀ ਦਿੱਤੀ ਹੈ, ਮੈਨੇ ਬਣਾਏ ਬਚਪਨੇ ਵਾਲੀ ਗੱਲਾਂ ਥੋੜੀ ਕਰਾਂਗੇ ਜੀ, ਮਤਲਬ ਮੈਂ ਆਪਣਾ ਕੰਮ ਕਰ ਰਿਹਾ। ਠੀਕ ਹੈ ਜੀ, ਲੋਕਾਂ ਨੇ ਜ਼ਿੰਮੇਦਾਰੀ ਦਿੱਤੀ ਹੈ, ਮੈਨੇ ਬਣਾਏ ਬਚਪਨੇ ਵਾਲੀ ਗੱਲਾਂ ਥੋੜੀ ਕਰਾਂਗੇ ਜੀ, ਮਤਲਬ ਮੈਂ ਆਪਣਾ ਕੰਮ ਕਰ ਰਿਹਾ। ਠੀਕ ਹੈ ਜੀ, ਲੋਕਾਂ ਨੇ ਜ਼ਿੰਮੇਦਾਰੀ ਦਿੱਤੀ ਹੈ, ਮੈਨੇ ਬਣਾਏ ਬਚਪਨੇ ਵਾਲੀ ਗੱਲਾਂ ਥੋੜੀ ਕਰਾਂਗੇ ਜੀ, ਮਤਲਬ ਮੈਂ ਆਪਣਾ ਕੰਮ ਕਰ ਰਿਹਾ। ਠੀਕ ਹੈ ਜੀ, ਲੋਕਾਂ ਨੇ ਜ਼ਿੰਮੇਦਾਰੀ ਦਿੱਤੀ ਹੈ, ਮੈਨੇ ਬਣਾਏ ਬਚਪਨੇ ਵਾਲੀ ਗੱਲਾਂ ਥੋੜੀ ਕਰਾਂਗੇ ਜੀ, ਮਤਲਬ ਮੈਂ ਆਪਣਾ ਕੰਮ ਕਰ ਰਿਹਾ। ਠੀਕ ਹੈ ਜੀ, ਲੋਕਾਂ ਨੇ ਜ਼ਿੰਮੇਦਾਰੀ ਦਿੱਤੀ ਹੈ, ਮੈਨੇ ਬਣਾਏ ਬਚਪਨੇ ਵਾਲੀ ਗੱਲਾਂ ਥੋੜੀ ਕਰਾਂਗੇ ਜੀ, ਮਤਲਬ ਮੈਂ ਆਪਣਾ ਕੰਮ ਕਰ ਰਿਹਾ। ਠੀਕ ਹੈ ਜੀ, ਲੋਕਾਂ ਨੇ ਜ਼ਿੰਮੇਦਾਰੀ ਦਿੱਤੀ ਹੈ, ਮੈਨੇ ਬਣਾਏ ਬਚਪਨੇ ਵਾਲੀ ਗੱਲਾਂ ਥੋੜੀ ਕਰਾਂਗੇ ਜੀ, ਮਤਲਬ ਮੈਂ ਆਪਣਾ ਕੰਮ ਕਰ ਰਿਹਾ। ਠੀਕ ਹੈ ਜੀ, ਲੋਕਾਂ ਨੇ ਜ਼ਿੰਮੇਦਾਰੀ ਦਿੱਤੀ ਹੈ, ਮੈਨੇ ਬਣਾਏ ਬਚਪਨੇ ਵਾਲੀ ਗੱਲਾਂ ਥੋੜੀ ਕਰਾਂਗੇ ਜੀ, ਮਤਲਬ ਮੈਂ ਆਪਣਾ ਕੰਮ ਕਰ ਰਿਹਾ। ਠੀਕ ਹੈ ਜੀ, ਲੋਕਾਂ ਨੇ ਜ਼ਿੰਮੇਦਾਰੀ ਦਿੱਤੀ ਹੈ, ਮੈਨੇ ਬਣਾਏ ਬਚਪਨੇ ਵਾਲੀ ਗੱਲਾਂ ਥੋੜੀ ਕਰਾਂਗੇ ਜੀ, ਮਤਲਬ ਮੈਂ ਆਪਣਾ ਕੰਮ ਕਰ ਰਿਹਾ। ਠੀਕ ਹੈ ਜੀ, ਲੋਕਾਂ ਨੇ ਜ਼ਿੰਮੇਦਾਰੀ ਦਿੱਤੀ ਹੈ, ਮੈਨੇ ਬਣਾਏ ਬਚਪਨੇ ਵਾਲੀ ਗੱਲਾਂ ਥੋੜੀ ਕਰਾਂਗੇ ਜੀ, ਮਤਲਬ ਮੈਂ ਆਪਣਾ ਕੰਮ ਕਰ ਰਿਹਾ। ਠੀਕ ਹੈ ਜੀ, ਲੋਕਾਂ ਨੇ ਜ਼ਿੰਮੇਦਾਰੀ ਦਿੱਤੀ ਹੈ, ਮੈਨੇ ਬਣਾਏ ਬਚਪਨੇ ਵਾਲੀ ਗੱਲਾਂ ਥੋੜੀ ਕਰਾਂਗੇ ਜੀ, ਮਤਲਬ ਮੈਂ ਆਪਣਾ ਕੰਮ ਕਰ ਰਿਹਾ। ਠੀਕ ਹੈ ਜੀ, ਲੋਕਾਂ ਨੇ ਜ਼ਿੰਮੇਦਾਰੀ ਦਿੱਤੀ ਹੈ, ਮੈਨੇ ਬਣਾਏ ਬਚਪਨੇ ਵਾਲੀ ਗੱਲਾਂ ਥੋੜੀ ਕਰਾਂਗੇ ਜੀ, ਮਤਲਬ ਮੈਂ ਆਪਣਾ ਕੰਮ ਕਰ ਰਿਹਾ। ਠੀਕ ਹੈ ਜੀ, ਲੋਕਾਂ ਨੇ ਜ਼ਿੰਮੇਦਾਰੀ ਦਿੱਤੀ ਹੈ, ਮੈਨੇ ਬਣਾਏ ਬਚਪਨੇ ਵਾਲੀ ਗੱਲਾਂ ਥੋੜੀ ਕਰਾਂਗੇ ਜੀ, ਮਤਲਬ ਮੈਂ ਆਪਣਾ ਕੰਮ ਕਰ ਰਿਹਾ। ਠੀਕ ਹੈ ਜੀ, ਲੋਕਾਂ ਨੇ ਜ਼ਿੰਮੇਦਾਰੀ ਦਿੱਤੀ ਹੈ, ਮੈਨੇ ਬਣਾਏ ਬਚਪਨੇ ਵਾਲੀ ਗੱਲਾਂ ਥੋੜੀ ਕਰਾਂਗੇ ਜੀ, ਮਤਲਬ ਮੈਂ ਆਪਣਾ ਕੰਮ ਕਰ ਰਿਹਾ। ਠੀਕ ਹੈ ਜੀ, ਲੋਕਾਂ ਨੇ ਜ਼ਿੰਮੇਦਾਰੀ ਦਿੱਤੀ ਹੈ, ਮੈਨੇ ਬਣਾਏ ਬਚਪਨੇ ਵਾਲੀ ਗੱਲਾਂ ਥੋੜੀ ਕਰਾਂਗੇ ਜੀ, ਮਤਲਬ ਮੈਂ ਆਪਣਾ ਕੰਮ ਕਰ ਰਿਹਾ। ਠੀਕ ਹੈ ਜੀ, ਲੋਕਾਂ ਨੇ ਜ਼ਿੰਮੇਦਾਰੀ ਦਿੱਤੀ ਹੈ, ਮੈਨੇ ਬਣਾਏ ਬਚਪਨੇ ਵਾਲੀ ਗੱਲਾਂ ਥੋੜੀ ਕਰਾਂਗੇ ਜੀ, ਮਤਲਬ ਮੈਂ ਆਪਣਾ ਕੰਮ ਕਰ ਰਿਹਾ। ਠੀਕ ਹੈ ਜੀ, ਲੋਕਾਂ ਨੇ ਜ਼ਿੰਮੇਦਾਰੀ ਦਿੱਤੀ ਹੈ, ਮੈਨੇ ਬਣਾਏ ਬਚਪਨੇ ਵਾਲੀ ਗੱਲਾਂ ਥੋੜੀ ਕਰਾਂਗੇ ਜੀ, ਮਤਲਬ ਮੈਂ ਆਪਣਾ ਕੰਮ ਕਰ ਰਿਹਾ। ਠੀਕ ਹੈ ਜੀ, ਲੋਕਾਂ ਨੇ ਜ਼ਿੰਮੇਦਾਰੀ ਦਿੱਤੀ ਹੈ, ਮੈਨੇ ਬਣਾਏ ਬਚਪਨੇ ਵਾਲੀ ਗੱਲਾਂ ਥੋੜੀ ਕਰਾਂਗੇ ਜੀ, ਮਤਲਬ ਮੈਂ ਆਪਣਾ ਕੰਮ ਕਰ ਰਿਹਾ। ਠੀਕ ਹੈ ਜੀ, ਲੋਕਾਂ ਨੇ ਜ਼ਿੰਮੇਦਾਰੀ ਦਿੱਤੀ ਹੈ, ਮੈਨੇ ਬਣਾਏ ਬਚਪਨੇ ਵਾਲੀ ਗੱਲਾਂ ਥੋੜੀ ਕਰਾਂਗੇ।